सतगुरु तिस का नाम, सतगुरु तिस का नाम, सतगुरु तिस का नाम। सत पुरख जिन जाने सत पुरख जिन जाने सतगुरु तिस का नाम, सतगुरु तिस का नाम, तिस के संग सिख उधर, तिस के संग सिख उधर, नानक हर गुण गा सतगुरु तिस का नाम। प्रथमे नानक चंद, प्रथमे नानक चंद जगत भयो आनंद, तारण मनुख जन कियो परगास, सतगुरु तिस का नाम। पौड़ी नदर करे जे अपनी, ता नदरी सतगुर पाया, एह जियो बहुते जन्म भर मिया, ता सतगुर शब्द सुनाया, सतगुर जेवन दाता को नहीं, सतगुर जेवन दाता को नहीं, सब सुनियो सतगुर तिस का नाम, सब सुनियो लोक सबाया, कच्चो कंचन भयो शब्द गुर सर्व ने सुनियो, बिखते अमृत होयो नाम सतगुर मुख बनयो, लोहयो होयो लाल नदर सतगुर जद धारे, पाहन मानक करे ज्ञान गुर कहो विचारे, सतगुर तिस का नाम। काठो श्रीखंड सतगुर किया, सतगुर तिस का नाम, काठो श्रीखंड सतगुर किया, गुरु पारस, गुरु पारस हम लोह मिल कंचन होया राम, सतगुर तिस का नाम। पारस के संग तांबा बिगरे सो तांबा कंचन होए निबरे, चंदन के संग तलवर बिगरे सो तलवर चंदन होए निबरे, सतगुर तिस का नाम। गुरु पारस हमलो, कोई इनकलाब, कोई चेंज, कुछ तब्दीली,
ਗੁਰੂ ਨਾਨਕ ਦੀ ਛੋ ਕੁਝ ਬਦਲ ਦਿੰਦੀ ਹੈ। ਕਿੱਡੀ ਅਜੀਬ ਗੱਲ ਹੈ, ਗੁਰੂ ਨਾਨਕ ਦੀ ਛੋ ਨੇ, ਮੈਂ ਇਤਿਹਾਸ ਦੇ ਵਰਕਿਆਂ ਤੇ ਜਦੋਂ ਪੜ੍ਹਨਾ ਤੇ ਕੀ ਦੇਖਣਾ, ਗੁਰੂ ਨਾਨਕ ਦੀ ਛੋ ਨੇ ਕੌਡੇ ਰਾਖਸ਼ ਨੂੰ ਦੇਵਤਾ ਬਣਾ ਦਿੱਤਾ, ਬਦਲ ਦਿੱਤਾ ਨਾ ਕੁਛ, ਸੱਜਣ ਠੱਗ ਨੂੰ ਬਦਲਿਆ, ਭੂਮੀਏ ਚੋਰ ਨੂੰ ਬਦਲਿਆ। ਜੀਵਨ ਵਿੱਚ, ਸੰਸਾਰ ਦੇ ਜੀਵਨ ਵਿੱਚ ਕੁਛ ਇਨਕਲਾਬ ਲਿਆਉਣ ਲਈ ਗੁਰੂ ਨਾਨਕ ਆਇਆ। ਭਾਗਾ ਵਾਲਿਓ, ਅੱਜ ਉਹ ਦਿਹਾੜਾ ਜਿਸ ਦਿਨ ਗੁਰੂ ਨਾਨਕ ਦੇ ਪਹਿਲੇ ਜਾਮੇ ਤੇ ਗੁਰੂ ਨਾਨਕ ਦੇ ਦਸਵੇਂ ਜਾਮੇ ਦਾ ਇਤਿਹਾਸ ਇੱਕੋ ਦਿਹਾੜੇ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਦੀ ਆਮਦ, ਗੁਰੂ ਨਾਨਕ ਦਾ ਪ੍ਰਕਾਸ਼ ਵੀ ਅੱਜ ਦੇ ਦਿਹਾੜੇ ਹੈ। ਬੇਸ਼ੱਕ ਭੁੱਲੇ ਹੋਏ ਲੋਕ ਇਸ ਪ੍ਰਕਾਸ਼ ਦੇ ਦਿਹਾੜੇ ਨੂੰ ਨਵੰਬਰ ਵਿੱਚ ਮਨਾ ਰਹੇ ਨੇ, ਪਰ ਆਪ ਖੁਦ ਮੰਨਦੇ ਨੇ ਕਿ ਗੁਰੂ ਨਾਨਕ ਇਸ ਦੇਹ ਰੂਪ ਵਿੱਚ, ਜਾਮੇ ਰੂਪ ਵਿੱਚ ਅੱਜ ਦੇ ਦਿਹਾੜੇ ਆਇਆ ਹੈ। ਮਾਨੋ ਇਨਕਲਾਬੀ ਪਹਿਲਾ ਜਾਮਾ ਲੈ ਕੇ ਗੁਰੂ ਨਾਨਕ ਅੱਜ ਦੇ ਦਿਹਾੜੇ ਆਇਆ। ਇੱਥੇ ਬਸ ਨਹੀਂ, ਉਹੀ ਇਨਕਲਾਬੀ ਕ੍ਰਿਸ਼ਮਾ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਦਾ ਦਸਵਾਂ ਜਾਮੇ ਵੀ ਉਹ ਇਨਕਲਾਬੀ ਕ੍ਰਿਸ਼ਮਾ ਅੱਜ ਦੇ ਦਿਹਾੜੇ ਕਰਦਾ ਹੈ, ਜਿਸ ਨੂੰ ਅਸੀਂ ਖਾਲਸਾ ਸਾਜਣ ਦਾ, ਖਾਲਸਾ ਸੰਪੂਰਨਤਾ ਦਾ, ਖਾਲਸਾ ਸਿਰਜਣਾ ਦਾ ਦਿਹਾੜਾ ਆਖਦੇ ਹਾਂ। ਜੇ ਗੁਰੂ ਨਾਨਕ ਨੇ ਪਹਿਲੇ ਜਾਮੇ ਵਿੱਚ ਕੌਡੇ ਰਾਕਸ਼ ਨੂੰ ਬਦਲਿਆ, ਭੂਮੀਏ ਚੋਰ ਨੂੰ ਬਦਲਿਆ, ਸੱਜਣ ਠੱਗ ਨੂੰ ਬਦਲਿਆ, ਮਲਕ ਭਾਗੋ ਦੇ ਸਾਹਮਣੇ ਸਵਾਲ ਰੱਖਿਆ ਕਿ ਮੈਂ ਤੈਨੂੰ ਦੱਸਣਾ ਚਾਹੁੰਦਾ, ਹੇ ਮਲਕ ਤੇਰੇ ਵਿੱਚ ਤੇ ਭਾਈ ਲਾਲੋ ਵਿੱਚ ਕੀ ਅੰਤਰ ਹੈ। ਗੁਰੂ ਨਾਨਕ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਣ ਤਿੱਥੇ ਨਦਰ ਤੇਰੀ, ਬਖਸ਼ੀਸ਼ ਆਖਣ ਵਾਲਾ ਗੁਰੂ ਨਾਨਕ ਬਦਲਦਾ ਹੈ। ਅਸੀਂ ਇਹ ਇਤਿਹਾਸ ਦੇ ਪੰਨਿਆਂ ਤੇ ਪੜ੍ਹ ਰਹੇ ਹਾਂ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ, ਜਿਨਕੋ ਕਿਰਪਾ ਧਾਰੀਅਨ, ਜਿਨਕੋ ਕਿਰਪਾ ਧਾਰੀਅਨ, ਤਿੰਨਾਂ ਸਤਿਗੁਰ ਮਿਲਿਆ ਆਏ। ਤੇ ਸਤਿਗੁਰੂ ਦੇ ਮਿਲਣ ਦੀ ਨਿਸ਼ਾਨੀ, ਸਤਿਗੁਰ ਮਿਲੇ ਉਲਟੀ ਭਾਈ, ਉਲਟੀ ਭਾਈ ਦਾ ਮਤਲਬ ਹੁੰਦਾ ਕੁਝ ਬਦਲ ਗਿਆ, ਉਲਟਾ ਹੋ ਗਿਆ। ਸਤਿਗੁਰ ਮਿਲੇ ਉਲਟੀ ਭਾਈ ਤੇ ਕੀ ਬਦਲਿਆ, ਮਰ ਜੀਵਿਆ ਸਹਿਜ ਸੁਭਾਏ, ਮਰ ਕੇ ਜੀਵਨ ਮਿਲਿਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸਤਿਗੁਰੂ ਮੇਰਾ ਸਰਬ ਪ੍ਰਤਪਾਲੇ, ਸਤਿਗੁਰੂ ਮੇਰਾ ਮਾਰਜ ਵਾਲੇ। ਤੇ ਉਹ ਮਰ ਕੇ ਜਦੋਂ ਨਵੇਂ ਜੀਵਨ ਵਿੱਚ ਆਇਆ, ਗੁਰੂ ਨਾਨਕ ਦੇ ਗੁਰੂ ਦੇ ਘਰ ਉਸਨੇ ਜਨਮ ਲਿਆ, ਸਤਿਗੁਰ ਕੇ ਜਨਮੇ ਗਮਨ ਮਿਟਾਇਆ ਦੀ ਲਾਈਨ ਵਿੱਚ ਖੜਾ ਹੋਇਆ, ਤੇ ਉਦੋਂ ਕੁਝ ਬਦਲ ਗਿਆ। ਹੈ ਪਹਿਲੇ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਸੀ, ਪਰ ਹੁਣ ਜਦੋਂ ਬਦਲਿਆ, ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਜਨਮ ਲਿਆ, ਤੇ ਹੁਣ ਬਦਲ ਕੇ ਕੀ ਹੋਇਆ, ਕਹਿ ਉੱਠਿਆ ਹਮਰੀ ਜਾਤ ਪਾਤ ਗੁਰ ਸਤਿਗੁਰ, ਮੇਰੀ ਪਹਿਲੀ ਜਾਤ ਪਾਤ ਖਤਮ ਹੋ ਗਈ, ਹੁਣ ਮੇਰੀ ਜਾਤ ਪਾਤ ਸਭ ਕੁਝ ਸਤਿਗੁਰੂ ਹੈ। ਕਿਉਂਕਿ ਸਿਰ ਨੇ ਵਿਚਾਰਾ ਨੇ ਹੀ ਤਾਂ ਇਸ ਗੱਲ ਨੂੰ ਮੰਨਣਾ ਸੀ,
विचार सिर मैं गुरु दे सामने अर्पण कर दिता है, इसलिए हुन मेरी जात पात वक्री नहीं रही। हमारी जात पात गुरु सतगुरु, हम बेचियो सिर गुर के। बड़ी अजीब गल है, पहला भाई दया राम खत्री सी, उनके संबंध में कहावत लिखारी ने भी लिख दिती, कह लगा हम तो तोलन जाने तकड़ी, नंगी करद कभी नहीं पकड़ी, पर जदों मर जीव्या गुरु नानक दे समर्पण, गुरु दसम पातशाह दे दसवें जामे दे दसवें गुरु नानक दे समर्पण होया, ते उत्थों जन्म मिलया। हुण ओ कहंदा है डर डर मरते जब जानिया दूर, डर चूका देखिया भरपूर। ये निशानी है मेरे सतगुरु गुरु नानक पातशाह जी दे पहले जामे दी भी, ओ भी इनकलाबी जीवन देन आया, ते दसवें जामे दे क्योंकि अज दा दिहाड़ा दोहां जामियां दा सांझा दिहाड़ा है। दसवें जामे दी भी ओ निशानी, ओने भी इनकलाबी जीवन सिखी नूं दिता। एक होर ख्याल करियो, सतगुरु कहिंदे ने इन्ना इनकलाब इन्नी तब्दीली लियांदी कि सिख गुरु दा रूप, खालसा गुरु दा रूप हो गया। कहन लगे सो गुरु सो सिख है भाई, जिस ज्योति जोत मिलाए, गुरु सिख सिख गुरु है, एको गुर उपदेश चलाए, एना जीवन विच बदलाव लाया। गुरु नानक पातशाह जी दे संबंध विच मैं जदों देखना आ श्लोक श्री सुखमणी साहब जी दा जिहड़ा तुहाडे नाल सांझा कर रहा सा, उहदे विच एक निशानी दसी गुरु दी, ओह ए कि सत पुरख जिन जानिया सतगुरु तिस का नाम। जिहड़ा रब नूं परमात्मा नूं प्रभु नूं नेड़े हो के देखण वाला पछाणन वाला होवे, ओहो ही गुरु हो सकदा। पर मैं हैरान हुन्ना गुरु नानक दी निशानी, निशानी एहो है कि गुरु नानक ने पहले जामे विच सब तो पहला जेड़ा बचन कीता गुरबाणी रूप विच अज असी श्री गुरु ग्रंथ साहिब विच देखने हां, ओह की है सतपुरख नूं जानन दीआं निशानियां दसियां। उसे दा नाम मूल मंत्र है। गुरु नानक कहिंदे ने मैं सतपुरख नूं किवें वेख्या है, ओह इक ओंकार सतनाम करता पुरख, निरभउ निरवैर अकाल मूरत अजूनी स्वयंभंग गुरप्रसाद, जिन्हों असी मूल मंत्र आखने। ये सतपुरख नूं जानन दीआं निशानियां गुरु नानक ने सब तो पहला अपने बचन विच श्री गुरु ग्रंथ साहिब दे आरंभ विच ही लिख के रख दित्तियां। ये है महानता गुरु नानक दे पहले जामे दी ते दसवें जामे दी। भाई साहब भाई गुरदास जी ने भी अपनी रचना तो सिद्धां दी जबानों गुरु की कीती हुई वडियाई दे दो लफ्ज तुहाडे नाल सांझे करां। वह भी आखदे ने सिद्ध बोलन शुभ बचन, धन नानक तेरी वड्डी कमाई। कहन लगे सिद्ध बोलन शुभ बचन, धन नानक तेरी वड्डी कमाई, कहन लगे वड्डा पुरख प्रगटिया, वड्डा पुरख प्रगटिया। भाई गुरदास जी ने अपनी जबानों एह गल आखी कि ज्यों कर सूरज निकले तारे छिपे अंदर, जिवें सूरज चढ़ पवे तारे उनके सामने कोई रोशनी नहीं दिखा सकते, इसे तरह संसार दे पीर फकीर साधु महात्मा डेरिया में वसन वाले गुरु नानक दी वड्याई दा मुकाबला किसे कोल नहीं। सिद्धा ने भी यही गल आखी, कहन लगे सिद्ध बोलन शुभ वचन, धन नानक तेरी वड्डी कमाई, क्यों क्योंकि वड्डा पुरख प्रगटिया, वड्डा पुरख प्रगटिया, कलयुग अंदर ज्योत जगाई। ज्योत गुरु नानक दी पहला जामा अज इनकलाबी जीवन इनकलाबी प्रोग्राम लैके आया, ते उसे ने ही दसवें जामे विच उस इनकलाब का संपूर्ण रूप
ਖਾਲਸਾ ਸੰਪੂਰਨਤਾ ਦੇ ਰੂਪ ਵਿੱਚ ਪ੍ਰਗਟ ਕੀਤਾ ਤੇ ਇਹੋ ਗੱਲ ਸਤਿਗੁਰੂ ਆਪਣੀ ਰਚਨਾ ਤੋਂ ਆਖਦੇ ਨੇ ਜਿਹੜਾ ਮਾਲਕ ਦੀ ਮਰਜ਼ੀ ਨੂੰ ਪਛਾਣਦਾ ਹੋਵੇ ਜਿਹੜਾ ਨਿਰੰਕਾਰ ਨੂੰ ਨੇੜਿਓਂ ਹੋ ਕੇ ਜਾਣਦਾ ਹੋਵੇ ਤੇ ਉਹਦੇ ਹੁਕਮ ਉਹਦੇ ਮਰਜ਼ੀ ਮੁਤਾਬਕ ਸਭ ਸਿਰਜਦਾ ਹੋਵੇ ਕਹਿੰਦੇ ਨੇ ਉਸੇ ਦਾ ਨਾਂ ਹੀ ਸਤਿਗੁਰੂ ਹੈ। ਆਪਾਂ ਸੁਖਮਨੀ ਸਾਹਿਬ ਦੇ ਸਤਾਰਵੇਂ ਸ਼ਲੋਕ ਅੰਦਰ ਇਹ ਗੱਲ ਪੜ੍ਹਨੇ ਆ। ਗੁਰੂ ਕਹਿੰਦੇ ਨੇ ਸਤਿਗੁਰ ਤਿਸ ਕਾ ਨਾਮ, ਸਤਿਗੁਰ ਤਿਸ ਕਾ ਨਾਮ, ਸਤਿਗੁਰ ਤਿਸ ਕਾ ਨਾਮ, ਸਤਿਗੁਰ ਤਿਸ ਕਾ ਨਾਮ, ਸਤ ਪੁਰਖ ਜਿਨ ਜਾਣਿਆ, ਸਤ ਪੁਰਖ ਜਿਨ ਜਾਣਿਆ, ਸਤ ਗੁਰ ਤਿਸ ਕਾ ਨਾਮ, ਸਤ ਗੁਰ ਤਿਸ ਕਾ ਨਾਮ, ਸਤਿਗੁਰ ਤਿਸ ਕਾ ਨਾਮ। ਭਾਗਵ ਵਾਲਿਓ, ਕੈਸੇ ਸਤਿਗੁਰੂ ਦਾ ਅਖਵਾਣ ਦਾ ਤੇ ਉਹਦੇ ਪੁਰਬ ਮਨਾਉਣ ਦਾ ਉਹਦੀਆਂ ਖੁਸ਼ੀਆਂ ਲੈਣ ਦਾ ਸੁਭਾਗ ਸਾਨੂੰ ਮਿਲਿਆ। ਗੁਰੂ ਰਹਿਮਤ ਕਰੇ, ਗੁਰੂ ਦਇਆਲ ਹੋਵੇ, ਜਿਵੇਂ ਬਾਣੀ ਵਿੱਚ ਆਖਿਆ ਸਤਿਗੁਰੂ ਹੋਏ ਦਇਆਲ, ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਹੋਏ ਦਇਆਲ ਨਾ ਕਬਹੂੰ ਜ਼ਰੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਅੱਗੇ ਕਹਿੰਦੇ ਨੇ ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਹਰ ਤਰ੍ਹਾਂ ਦਾ ਭੈ ਡਰ ਗੁਰੂ ਦੀ ਰਹਿਮਤ ਨਾਲ ਖਤਮ ਹੋ ਜਾਂਦਾ ਹੈ। ਅੱਜ ਦਾ ਹਾਲਾਤ ਸਾਡੇ ਸਾਹਮਣੇ ਜਦੋਂ ਹਰ ਪਾਸੇ ਭੈ ਸਹਿਮ ਦਾ ਵਾਤਾਵਰਨ ਬਣਿਆ ਹੋਇਆ ਹੈ, ਜੇ ਅਸੀਂ ਸਤਿਗੁਰੂ ਦੇ ਬਣ ਜਾਈਏ, ਜੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਦਸਮ ਪਿਤਾ ਦੇ ਸੰਤਾਨ ਉਹਦੇ ਘਰ ਵਿੱਚ ਜਨਮ ਲੈਣ ਵਾਲੇ ਆਪਣਾ ਆਪ ਸਮਰਪਣ ਕਰਕੇ ਉਹਦੇ ਘਰ ਵਿੱਚ ਜੀਵਨ ਲੈਣ ਵਾਲੇ ਬਣ ਜਾਈਏ, ਤਾਂ ਕਿਸੇ ਕਿਸਮ ਦਾ ਕੋਈ ਸਹਿਮ ਡਰ ਹਿਰਦੇ ਨੂੰ ਪਰੇਸ਼ਾਨ ਨਹੀਂ ਕਰ ਸਕਦਾ। ਗੁਰੂ ਨੇ ਇਸੇ ਲਈ ਆਖ ਦਿੱਤਾ, ਹੁਣੇ ਇੱਕ ਲਫ਼ਜ਼ ਆਏ ਸਨ, ਡਰ ਡਰ ਮਰਤੇ ਜਬ ਜਾਣਿਆ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਤੋਂ ਆਓ ਉਸ ਸਤਿਪੁਰਖ ਨੂੰ ਜਾਣਨ ਵਾਲੇ ਸਤਿਗੁਰੂ ਦੇ ਨੇੜੇ ਹੋ ਕੇ ਗੁਰੂ ਨੂੰ ਪਛਾਣੀਏ। ਇਹਨਾਂ ਸ਼ਬਦਾਂ ਨਾਲ ਫਿਰਮਾਂਦਾ ਜਾ ਚਿਥਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।